ਹਾਲ ਸਰਦਾਰ ਜੀ, ਕੀ ਹਾਲ ਨੇ? ਠੀਕ, ਬਹੁਤ ਵਧੀਆ, ਬਹੁਤ ਵਧੀਆ। ਅਤੇ ਕਿਹੜੇ ਜ਼ਿਲ੍ਹੇ ਤੋਂ ਆਏ ਜੀ, ਕਿਹੜਾ ਸ਼ਹਿਰ ਜੀ? ਤੁਹਾਡਾ ਜੀ ਪਿੰਡ ਉੱਚਾ ਬੇਟ, ਜ਼ਿਲ੍ਹਾ ਕਪੂਰਥਲਾ, ਤਹਿਸੀਲ ਕਪੂਰਥਲਾ। ਪੰਜਾਬ ਦੇ ਵਿੱਚ ਹੀ ਹੈ? ਪੰਜਾਬ ਦੇ ਵਿੱਚ। ਔਰ ਡੇਰਾ ਦਰਬਾਰ ਹੈ ਜਿਹੜਾ ਲਾਗੇ ਹੈਗਾ, ਡੇਰਾ ਬਾਬਾ ਨਾਨਕ, ਇਸ ਤੋਂ ਕਿੰਨੀ ਦੂਰ ਹੈ? 100 ਕਿਲੋਮੀਟਰ। ਤੁਹਾਨੂੰ ਕੈਸਾ ਲੱਗਾ ਪਾਕਿਸਤਾਨ? ਬਹੁਤ ਵਧੀਆ ਲੱਗਿਆ, ਬਹੁਤ ਮਨ ਨੂੰ ਜਿੱਦਾਂ ਨਾ ਸਕੂਨ ਮਿਲਿਆ ਸਾਨੂੰ ਜੀ, ਅਸੀਂ ਸਾਡਾ ਪਾਕਿਸਤਾਨ ਆਏ, ਕਿਉਂਕਿ ਸਾਡੇ ਵੱਡੇ ਵਡੇਰੇ ਇੱਥੋਂ ਗਏ ਨੇ। ਅੱਛਾ ਅੱਛਾ ਤੁਹਾਡੇ ਕਿਹੜੇ ਸ਼ਹਿਰ 'ਚ ਗਏ ਨਾ? ਸਾਡਾ ਜੀ ਪਿੰਡ ਚੰਜ ਸਿੰਘ ਵਾਰਾ, ਅਤੇ ਏਅਰਪੋਰਟ ਦੇ ਨਾਲ ਹੀ ਜਿਹੜਾ ਪਿੰਡ ਹੈ, ਤਹਿਸੀਲ ਲੈਲਪੁਰ, ਜ਼ਿਲ੍ਹਾ ਵੀ ਲੈਲਪੁਰ, ਫੈਸਲਾਬਾਦ। ਪਹਿਲੇ ਲੈਲਪੁਰ, ਅਤੇ ਤੁਸੀਂ ਵੀ ਵੀਰ ਜੀ ਫੈਸਲਾਬਾਦ ਦੀ ਪਿੱਛੋਂ ਤੁਹਾਡੇ? ਹਾਂਜੀ, ਇਕੱਠੇ ਇਕੱਠੇ, ਮੇਰਾ ਕਜ਼ਨ ਬ੍ਰਦਰ। ਤੁਹਾਡਾ ਕੀ ਨਾਮ ਵੀਰ ਜੀ? ਮੇਰਾ ਨਾਮ ਪ੍ਰਿਤਪਾਲ ਸਿੰਘ। ਠੀਕ, ਜੋਬ ਵਗੈਰਾ ਕਰਦੇ ਹੋ ਉੱਥੇ? ਮੈਂ ਖੇਤੀਬਾੜੀ ਕਰਦਾ, ਨਾਲ ਜੀ ਕੋਆਪਰੇਟਿਵ ਸੋਸਾਇਟੀ ਵਿੱਚ ਆ ਜੀ, ਖਾਦ ਵਾਲੀ ਸੋਸਾਇਟੀ ਹੁੰਦੇ ਪਿੰਡਾਂ 'ਚ, ਉਹਦੇ ਵਿੱਚ ਜੋਬ ਕਰਦਾ। ਤੁਸੀਂ? ਮੈਂ ਸਟੱਡੀ ਕਰਦਾ। ਸਟੱਡੀ ਕਾਹਦੇ 'ਚ, ਕੀ ਕਰਦੇ ਪਏ ਹੋ? ਮੈਂ ਆਈਲੈਟਸ ਦਾ ਕੋਰਸ ਕਰਦਾ। ਆਈਲੈਟਸ ਦਾ? ਤੁਸੀਂ ਵੀ ਲੱਗਦਾ ਕੈਨੇਡਾ ਹੀ ਜਾਣਾ। ਆਈਲੈਟਸ ਹੀ ਕਰਦਾ ਸਰਦਾਰ, ਬਹੁਤੇ ਕੈਨੇਡਾ ਹੀ ਜਾਂਦੇ ਨੇ। ਹੈ, ਠੀਕ ਹੋ ਗਿਆ। ਅਤੇ ਬਾਕੀ ਪਾਕਿਸਤਾਨੀ ਲੋਕਾਂ ਨੇ ਕੈਸਾ ਰਿਸਪੋਂਸ ਦਿੱਤਾ? ਬਹੁਤ ਵਧੀਆ ਰਿਸਪੋਂਸ ਜੀ, ਪਾਕਿਸਤਾਨੀ ਲੋਕ ਵੀ ਬੜੇ ਖੁਸ਼ ਹੁੰਦੇ ਨੇ। ਮਿੱਠਾ ਜੀ, ਐਵੇਂ ਜਿੱਦਾਂ ਸਾਡੇ ਥੋੜ੍ਹਾ ਜਿਹਾ ਲੋਕਾਂ ਦਾ ਫਰਕ, ਇੱਧਰ ਲੋਕ ਜ਼ਿਆਦਾ ਵਧੀਆ ਸਾਡੇ ਨਾਲ ਲੱਗੇ। ਸਹੀ ਗੱਲ। ਔਰ ਮੈਂ, ਸਹੀ ਗੱਲ ਹੈ, ਤੁਹਾਨੂੰ ਇੱਕ ਚੀਜ਼ ਦੱਸਣਾ ਸੀ, ਆਪਣੇ ਬਜ਼ੁਰਗ ਦਾਦਾ ਜੀ ਕੋਲ ਸੁਣਦੇ ਹੁੰਦੇ ਆ ਨਾ, ਕਿ ਜਦੋਂ 47 ਦੀ ਵੰਡ ਹੋਈ ਹੈ, ਉਸ ਤੋਂ ਪਹਿਲੇ ਲੋਕ ਬੜੇ ਆਪਸ 'ਚ ਮਿਲ ਜੁਲ ਕੇ ਰਹਿੰਦੇ ਹਨ, ਠੀਕ ਹੈ, ਅਤੇ ਅਸਲ ਜਿਹੜਾ ਨੁਕਸਾਨ ਹੋਇਆ ਪੰਜਾਬ ਦਾ ਹੀ ਹੋਇਆ। ਬਿਲਕੁਲ, ਲੋਕ ਜ਼ਮੀਨਾਂ ਛੱਡ ਕੇ ਉੱਧਰ ਚਲ ਗਏ, ਉੱਧਰ ਉੱਧਰ ਆ ਗਏ। ਪੰਜਾਬ ਵੀ ਵੰਡਿਆ ਵਾ, ਇੰਡੀਆ ਥੋੜ੍ਹਾ ਵੰਡਿਆ ਵਾ। ਹਾਂਜੀ, ਔਰ ਮੈਂ ਕਹਿੰਦਾ ਇੰਡੀਆ ਵੱਲੋਂ ਵੀ ਬੜੀ ਹੋਈ ਹੈ, ਪਾਕਿਸਤਾਨ ਨੇ ਵੀ ਬੜੀ ਕੋਸ਼ਿਸ਼ ਕੀਤੀ ਹੈ। ਤੁਹਾਡੇ ਤਾਂ ਉਦੋਂ ਪੰਜਾਬ, ਅੱਧੋਂ ਵੱਧ ਪੰਜਾਬ ਪਾਕਿਸਤਾਨ ਰਹਿ ਗਿਆ, ਸਾਡੇ ਉੱਥੇ ਜਾ ਕੇ 1966 ਵਿੱਚ ਫਿਰ ਬਣਤਾ, ਫਿਰ ਹਰਿਆਣਾ ਅਤੇ ਹਿਮਾਚਲ ਵਿੱਚ ਹੋਰ ਕੱਟਤਾ, ਹਰਿਆਣਾ ਪੰਜਾਬ ਹੋਰ ਬਣਤਾ। ਅਤੇ ਤੁਸੀਂ ਇਕੱਲੇ ਆਏ ਹੋ, ਨਾਲ ਫੈਮਲੀਆਂ ਵੀ ਆਈਆਂ ਨੇ? ਦੋਨੇ ਆਏ ਹੋ, ਠੀਕ। ਅਤੇ ਕੀ ਪੈਗਾਮ ਦੇਣਾ ਚਾਹੁੰਦੇ ਹੋ ਜਿਹੜੇ ਰਹਿ ਗਏ ਨੇ ਮਗਰ ਹਲੇ ਤੁਹਾਡੇ ਬੰਦੇ? ਕਹਿਣਾ ਚਾਹੁੰਦੇ ਜੀ, ਜ਼ਰੂਰ ਆਉਣਾ ਚਾਹੀਦਾ ਵਾ। ਇਮਰਾਨ ਖਾਨ ਸਾਹਿਬ ਦਾ ਧੰਨਵਾਦ, ਉਹਨਾਂ ਨੇ ਖੋਲ੍ਹਿਆ। ਹਾਂ, ਨਵਜੋਤ ਸਿੰਘ ਸਿੱਧੂ ਦਾ, ਮੈਂ ਕਹਿੰਦਾ ਨਵਜੋਤ ਸਿੰਘ ਸਿੱਧੂ ਸਮਝ ਲਓ ਹੀਰੋ ਨੇ ਦੋਵਾਂ ਪਾਸੇ ਹੀ। ਹਾਂਜੀ, ਇੱਧਰ ਦੇ ਲੋਕ ਵੀ ਉਹਨਾਂ ਨੂੰ ਬੜਾ ਪਿਆਰ ਕਰਦੇ, ਉਹਨਾਂ ਦੀ ਬਦੌਲਤ ਅੱਜ ਆਪਾਂ ਇੱਥੇ ਦਰਸ਼ਨ ਕਰ ਸਕਦੇ ਹਾਂ ਜੀ। ਬਹੁਤ ਵਧੀਆ ਲੱਗਾ ਕਿ ਦੁਨੀਆ ਰਹਿ ਵੀ ਗਏ, ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਦੇ ਵਿੱਚ ਕਦੀ ਇਦਾਂ ਨਹੀਂ ਹੋਇਆ ਕਿ ਦੂਸਰੇ ਦੇਸ਼ ਵਿੱਚ ਮੱਥਾ ਟੇਕ ਕੇ ਵਾਪਸ ਆ ਸਕੇ, ਕਦੇ ਦੁਨੀਆ ਦੇ ਕਿਤੇ ਨਹੀਂ ਹੋਇਆ ਜੀ, ਬਿਨਾਂ ਵੀਜ਼ੇ ਦਾ, ਬਿਨਾਂ। ਸਹੀ ਬਾਤ, ਦੁਨੀਆ ਦੇ ਕਿਸੇ ਕੰਟਰੀ ਵਿੱਚ ਜਾ ਕੇ ਵਾਪਸ ਆ ਜਾਣਾ, ਇਸ ਤਰ੍ਹਾਂ ਹੀ ਹੈ। ਅਤੇ ਅਸੀਂ ਵੀ ਬੜੇ ਖੁਸ਼ ਹਾਂ, ਅਸੀਂ ਵੀ ਕਦੀ ਨਹੀਂ, ਮਤਲਬ ਤੁਹਾਡੇ ਕਦੇ ਸਾਰੇ ਲੋਕਾਂ ਦੇ ਆ ਜ਼ਿਹਨੀ ਤੌਰ 'ਤੇ ਨਾ, ਜ਼ਿਹਨ ਦੇ ਵਿੱਚ ਕੀ ਗੱਲ ਹੈ, ਅਸੀਂ ਵੀ ਖੁਸ਼ ਹਾਂ, ਚਲੋ ਯਾਰ ਚੰਗੀ ਗੱਲ ਹੈ, ਤੁਸੀਂ ਆ ਰਹੇ ਹੋ, ਤੁਹਾਨੂੰ ਆਜ਼ਾਦੀ ਮਿਲੀ ਹੈ ਆਪਣਾ, ਠੀਕ ਹੈ, ਅਤੇ ਆ ਕੇ ਆਪਣਾ ਹਰ ਮਾਮਲਾ ਜਿਹੜਾ ਉਹ ਕਰਦੇ ਪਏ ਹੋ ਆਸਾਨੀ ਨਾਲ, ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਹੈ। ਸਾਡਾ ਵੀ ਦਿਲ ਕਰਦਾ ਸੀ ਉੱਧਰ ਜਾਈਏ, ਅਜਮੇਰ ਸ਼ਰੀਫ ਨੇ ਫਿਰ, ਅਜਮੇਰ ਸ਼ਰੀਫ